ਹਾਂਜੀ ਗੁੱਡ ਈਵਨਿੰਗ ਸਟੂਡੈਂਟਸ ਬੇਟਾ ਅੱਜ ਆਪਾਂ ਨੇ ਕਾਫੀ ਇੰਪੋਰਟੈਂਟ ਟਾਪਿਕ ਕਰਨਾ ਹੈ ਥੈਟ ਇਜ਼ ਇੱਕ ਆਪਾਂ ਨੇ ਇੰਡੀਕੇਟਰ ਕਰਨਾ ਹੈ ਕੁਦਰਤੀ ਸੂਚਕ ਕਰਨਾ ਹੈ ਥੈਟ ਇਜ਼ ਹੈਵ ਹੋ ਤੋ ਡਾਲ ਲਿਟਮਸ ਲਿਟਮਸ ਦੇ ਬਾਰੇ ਦਾ ਸਾਰੇ ਨੇ 6ਵੀਂ ਤੋਂ ਪੜ੍ਹਦੇ ਆ ਰਹੇ ਹੂੰ ਲਿਟਮਸ ਪੇਪਰ ਹੁੰਦੇ ਨੇ ਆਪਣੇ ਕੋਲ ਚਲੋ ਪਹਿਲਾ ਲਿਟਮਸ ਦੇ ਬਾਰੇ ਥੋੜੀ ਜੀ ਗੱਲ ਕਰ ਲਈਏ ਜਿਹੜਾ ਲਿਟਮਸ ਹੁੰਦਾ ਇੱਕ ਕੁਦਰਤੀ ਸੂਚਕ ਹੈ ਕੁਦਰਤ ਵੱਲੋਂ ਪ੍ਰਾਪਤਿਕ ਆਪਣੇ ਕੋਲ ਸੂਚਕ ਹੈ ਜਿਹਦੀ ਸੂਚਕ ਮਤਲਬ ਜਿਸ ਦੀ ਆਪਾਂ ਵਰਤੋਂ ਐਸਿਡ ਜਾਂ ਬੇਸ ਪਤਾ ਕਰਨ ਲਈ ਕਰਦੇ ਕਿ ਕੋਈ ਚੀਜ਼ ਤਜਾਬੀ ਹੈ ਜਾਂ ਖਾਰੀ ਹੈ ਉਹਦੇ ਲਈ ਆਪਾਂ ਲਿਟਮਸ ਦੀ ਵਰਤੋਂ ਕਰਦੇ ਹਾਂ ਜਿਹੜਾ ਲਿਟਮਸ ਹੁੰਦਾ ਹੈ ਕੁਦਰਤੀ ਸੂਚਕ ਹੈ ਠੀਕ ਹੈ ਇਹ ਨੇਚਰਲ ਇੰਡੀਕੇਟਰ ਹੈ ਨਾ ਕਿ ਆਰਟੀਫੀਸ਼ੀਅਲ ਇੰਡੀਕੇਟਰ ਪਹਿਲੇ ਨੰਬਰ ਤੇ ਤਾਂ ਇਹ ਪਤਾ ਹੋਵੇ ਦੂਸਰੇ ਨੰਬਰ ਤੇ ਇਹ ਪਤਾ ਹੋਵੇ ਕਿ ਜਿਹੜਾ ਲਿਟਮਸ ਹੈ ਇਹ ਕਿਸ ਤੋਂ ਪ੍ਰਾਪਤ ਹੁੰਦਾ ਹੈ ਜਿਹੜਾ ਲਿਟਮਸ ਹੈ ਉਹ ਕਿਸ ਚੀਜ਼ ਤੋਂ ਪ੍ਰਾਪਤ ਹੁੰਦਾ ਹੈ ਇਹ ਦੋਨੋਂ ਪਤਾ ਹੋਣਾ ਚਾਹੀਦਾ ਜਿਹੜਾ ਲਿਟਮਸ ਹੈ ਇਹ ਕਿਤੋਂ ਪ੍ਰਾਪਤ ਹੁੰਦਾ ਹੈ ਲਾਈਕੇਨ ਤੋਂ ਪ੍ਰਾਪਤ ਹੁੰਦਾ ਹੈ ਇਹ ਲਾਈਕੇਨ ਤੋਂ ਪ੍ਰਾਪਤ ਹੁੰਦਾ ਹੈ ਲਾਈਕੇਨ ਕਹੇ ਜਾਂ ਹੁੰਦਾ ਤੁਹਾਨੂੰ ਥੋੜੀ ਫਿਗਰ ਜੀ ਦਿਖਾ ਦਿੰਦਾ ਮੈਂ ਲਾਈਕੇਨ ਹੈ ਜਾਂ ਹੁੰਦਾ ਜਿਸ ਤੋਂ ਤੁਹਾਨੂੰ ਇਹ ਪ੍ਰਾਪਤ ਹੁੰਦਾ ਠੀਕ ਹੈ ਕਿਹੜੀ ਚੀਜ਼ ਲਿਟਮਸ ਲਿਟਮਸ ਲਾਈਕੇਨ ਤੋਂ ਪ੍ਰਾਪਤ ਹੁੰਦਾ ਹੈ ਉਹਦੀ ਫਿਗਰ ਹੈ ਜੀ ਹੁੰਦੀ ਹੈ ਬੇਟਾ ਠੀਕ ਹੈ ਪਹਿਲੇ ਨੰਬਰ ਤੇ ਲਿਟਮਸ ਪੁੱਛ ਲੈਂਦਾ ਹੁੰਦਾ ਕਿਸ ਚੀਜ਼ ਤੋਂ ਪ੍ਰਾਪਤ ਹੁੰਦਾ ਹੈ ਦੂਸਰਾ ਇਹਦਾ ਮੇਨ ਕੰਮ ਹੈ ਇਹ ਕੁਦਰਤੀ ਸੂਚਕ ਹੈ ਇਹ ਮੇਨ ਕੰਮ ਹੈ ਖਾਰੀ ਤਜਾਬੀ ਅਤੇ ਖਾਰੀ ਚੈੱਕ ਕਰਨ ਦੇ ਕੰਮ ਆਉਂਦਾ ਹੈ ਕਿ ਕੋਈ ਚੀਜ਼ ਤਜਾਬੀ ਹੈ ਜਾਂ ਖਾਰੀ ਹੈ ਐਸਿਡ ਹੈ ਜਾਂ ਬੇਸ ਹੈ ਉਹਨੂੰ ਚੈੱਕ ਕਰਨ ਦੇ ਕੰਮ ਆਉਂਦਾ ਹੈ ਹੁਣ ਜਿਹੜਾ ਲਿਟਮਸ ਹੈ ਉਹ ਦੋ ਤਰੀਕੇ ਨਾਲ ਅਵੇਲੇਬਲ ਹੁੰਦਾ ਹੈ ਇੱਕ ਤਾਂ ਇਹ ਘੋਲ ਦੇ ਰੂਪ ਵਿੱਚ ਵੀ ਅਵੇਲੇਬਲ ਹੁੰਦਾ ਤੁਸੀਂ ਘੋਲ ਦੇ ਰੂਪ ਵਿੱਚ ਇਹਨੂੰ ਯੂਜ਼ ਕਰ ਸਕਦੇ ਹੋ ਇਹਨੂੰ ਪੇਪਰ ਦੇ ਕਾਗਜ਼ ਦੀਆਂ ਪੱਟੀਆਂ ਵੀ ਹੁੰਦੀਆਂ ਜਿਵੇਂ ਮੈਂ ਦਿਖਾ ਵੀ ਦਿਨਾ ਆ ਦੇਖੋ ਆ ਹੈਗਾ ਘੋਲ ਦਾ ਰੂਪ ਠੀਕ ਹੈ ਐਵੇਂ ਘੋਲ ਦੇ ਰੂਪ ਦੇ ਵਿੱਚ ਵੀ ਹੁੰਦਾ ਇਹ ਤੇ ਇਹ ਪੱਟੀਆਂ ਦੇ ਰੂਪ ਕਾਗਜ਼ ਦੀਆਂ ਪੱਟੀਆਂ ਹੁੰਦੀਆਂ ਉਹਦੇ ਰੂਪ ਵਿੱਚ ਵੀ ਹੁੰਦਾ ਹੈ ਮੇਨ ਲਿਟਮਸ ਦੋ ਤਰ੍ਹਾਂ ਦਾ ਹੁੰਦਾ ਇੱਕ ਬਲੂ ਲਿਟਮਸ ਇੱਕ ਰੈਡ ਲਿਟਮਸ ਠੀਕ ਹੈ ਹੁਣ ਆਪਾਂ ਨੇ ਦੇਖਣਾ ਹੈ ਕਿ ਕੋਈ ਵੀ ਚੀਜ਼ ਤੇਜਾਬੀ ਹੈ ਜਾਂ ਖਾਰੀ ਹੈ ਐਸਿਡ ਹੈ ਜਾਂ ਬੇਸਿਕ ਹੈ ਤਾਂ ਇਹਦੇ ਲਈ ਤਾਂ ਫਾਰਮੂਲਾ ਯਾਦ ਰੱਖਣਾ ਜਿਵੇਂ ਤੁਸੀਂ ਬੇਸਿਕਤਾ ਬੇਸਿਕ ਦਾ ਬੀ ਤੋਂ ਬੀ ਦਾ ਮਤਲਬ ਬੇਸ ਬੇਸ ਤੋਂ ਬਲੂ ਬੰਨੇ ਮਤਲਬ ਕਿ ਰੈਡ ਨੇ ਰੈਡ ਲਿਟਮਸ ਨੇ ਬਲੂ ਬੰਨੇ ਬੇਸ ਦੇ ਵਿੱਚ ਰੈਡ ਲਿਟਮਸ ਨੇ ਬਲੂ ਬੰਨੇ ਤੇ ਬਲੂ ਨੇ ਤਾਂ ਬਲੂ ਰਹਿਣਾ ਇਹ ਯਾਦ ਰੱਖਣਾ بیس ਦੇ ਵਿੱਚ ਬੀ ਤੋਂ بیس ਤੋਂ ਕੀ ਰੈੱਡ ਨੇ ਬਲੂ ਬੰਨਣਾ ਤੇ ਬਲੂ ਨੇ ਬਲੂ ਰਹਿਣਾ ਕਿਹਦੇ ਵਿੱਚ بیس ਜਾਂ ਖਾਰ ਦੇ ਵਿੱਚ ਤੇ ਜਿਹਦਾ ਇਹਦਾ ਉਲਟ ਹੁੰਦਾ ਉਹ ਐਸਿਡ ਦੇ ਵਿੱਚ ਹੁੰਦਾ ਐਸਿਡ ਦੇ ਵਿੱਚ ਆਪਾਂ ਕਹਿੰਦੇ ਆ ਬਲੂ ਤੋਂ ਰੈੱਡ ਬਣਦਾ ਹੈ ਬਲੂ ਲਿਟਮਸ ਜਿਹੜਾ ਰੈੱਡ ਬਣ ਜਾਂਦਾ ਹੈ ਤੇ ਰੈੱਡ ਜਿਹੜਾ ਹੈ ਰੈੱਡ ਹੀ ਰਹਿੰਦਾ ਦੇਖੋ ਇਹਨੂੰ ਮੈਂ ਦਿਖਾ ਵੀ ਦਿੰਦੇ ਆ ਆ ਦੇਖੋ ਇਹਨਾਂ ਨੇ ਲਿਖਿਆ ਵੀ ਹੋਇਆ ਬਕਾਇਦਾ ਕਿ ਜਿਹੜਾ ਲਾਲ ਲਿਟਮਸ ਹੁੰਦਾ ਹੈ ਜਿਹੜਾ ਰੈੱਡ ਹੁੰਦਾ ਹੈ ਉਹ ਤੇਜਾਬ ਦੇ ਵਿੱਚ ਤਾਂ ਰੈੱਡ ਹੀ ਲੈਂਦਾ ਬਟ ਉਹ ਖਾਰ ਦੇ ਵਿੱਚ ਲਾਲ ਰੰਗ ਕਿਹਦੇ ਵਿੱਚ ਬਦਲ ਜਾਂਦਾ ਨੀਲੇ 'ਚ ਤੇ ਨੀਲਾ ਲਿਟਮਸ ਜਿਹੜਾ ਹੁੰਦਾ ਹੈ ਤੇਜਾਬ ਦੇ ਵਿੱਚ ਉਹ ਲਾਲ ਬਣ ਜਾਂਦਾ ਤੇ ਖਾਰ ਦੇ ਵਿੱਚ ਨੀਲਾ ਨੀਲਾ ਹੀ ਰਹਿੰਦਾ ਜਿਵੇਂ ਇਹਦੇ ਚ ਸਮਝਾ ਸਕਦੇ ਹੋ ਐਸਿਡ ਆ ਦੇਖੋ b si b ਇਸ ਦੇ ਵਿੱਚ ਕੀ ਹੁੰਦਾ ਤੁਹਾਨੂੰ ਦੱਸਿਆ b ਫੋਰ ਬੇਸ ਇਹਨੇ ਬਲੂ ਬੰਨਾ ਦੇਖੋ ਬਲੂ ਬਨ ਗਿਆ ਰੈੱਡ ਨੇ ਬਲੂ ਬਨ ਜਾਣਾ ਤੇ ਬਲੂ ਨੇ ਬਲੂ ਰਹਿਣਾ ਐਸਿਡ ਦੇ ਵਿੱਚ ਉਹਦਾ ਉਲਟਾ ਹੁੰਦਾ ਹੈ ਬਲੂ ਰੈੱਡ ਬਨ ਜਾਂਦੇ ਠੀਕ ਹੈ ਬਸ ਸਿਰਫ ਇੰਨਾ ਕੁ ਟ੍ਰਿਕ ਯਾਦ ਰੱਖਣੀ ਹੈ ਛੋਟੀ ਜੀ ਕਿ ਬੇਸ ਦੇ ਵਿੱਚ ਜਿਹੜਾ ਆਪਣਾ ਬੇਸ b ਤੋਂ ਬੇਸ ਦੇ ਵਿੱਚ b ਤੋਂ ਕੀ ਬਨਦਾ ਹੁੰਦਾ ਬਲੂ ਤਾਂ ਰੈੱਡ ਨੇ ਤਾਂ ਬਲੂ ਬਨ ਜਾਣਾ ਹੈ ਤੇ ब्लू ਨੇ ब्लू ਰੰਗ ਬੇਸ ਦੇ ਵਿੱਚ ਤੇ ਐਸਿਡ ਦੇ ਵਿੱਚ ਐਸਿਡ ਦੇ ਵਿੱਚ ਉਲਟਾ ब्लू ਇੱਥੇ ਆਊਗਾ ਰੈੱਡ ब्लू ਨੇ ਬਣ ਜਾਣਾ ਰੈੱਡ ਰੈੱਡ ਨੇ ਰੈੱਡ ਹੀ ਰਹਿਣਾ ਤੇ ਨਿਊਟਰਲ ਦੇ ਵਿੱਚ ਰੈੱਡ ਰੈੱਡ ਹੀ ਰਹਿੰਦਾ ਕੋਈ ਵੀ ਸੋਲੂਸ਼ਨ ਜੇ ਨਿਊਟਰਲ ਹੈ ਨਾਉ ਐਸਿਡਿਕ ਹੈ ਨਾ ਬੇਸਿਕ ਹੈ ਤਾਂ ਉਹਦੇ ਵਿੱਚ ਕੀ ਹੁੰਦਾ ਨਿਊਟਰਲ ਦੇ ਵਿੱਚ ਰੈੱਡ ਨੇ ਰੈੱਡ ਹੀ ਰਹਿਣਾ ब्लू ਨੇ ਬਲੂ ਲਿਟਮਸ ਪੇਪਰ ਨੇ ਕੋਈ ਚੇਂਜ ਨਹੀਂ ਹੁੰਦਾ ਤਾਂ ਉਹ ਕਿਹੜਾ ਹੈ ਕਿਹੜਾ ਸੋਲੂਸ਼ਨ ਹੈ ਉਹ ਨਿਊਟਰਲ ਸੋਲੂਸ਼ਨ ਹੈ ਠੀਕ ਹੈ ਪੀ ਐਚ ਇੱਕ ਕੁਦਰਤੀ ਸੂਚਕ ਹੈ ਪਹਿਲੇ ਦੋ ਤਿੰਨ ਚੀਜ਼ਾਂ ਫਿਰ ਮੈਂ ਅਗਹੀਨ ਰਿਪੀਟ ਕਰਦਾ ਇਹ ਕੁਦਰਤੀ ਸੂਚਕ ਹੈ ਨੇਚਰਲ ਇੰਡੀਕੇਟਰ ਹੈ ਤੇ ਲਿਟਮਸ ਦੋ ਫਾਰਮ ਚ ਮਿਲਦਾ ਹੈ ਸੋਲੂਸ਼ਨ ਫਾਰਮ ਦੇ ਵਿੱਚ ਵੀ ਮਿਲਦਾ ਹੈ ਤੇ ਪੇਪਰ ਦੇ ਫਾਰਮ ਦੇ ਵਿੱਚ ਵੀ ਮਿਲਦਾ ਹੈ ਤੇ ਦੋ ਤਰ੍ਹਾਂ ਦੇ ਲਿਟਮਸ ਹੁੰਦੇ ਨੇ ਬਲੂ ਲਿਟਮਸ ਰੈੱਡ ਲਿਟਮਸ ਇਹਦਾ ਮੇਨ ਕੰਮ ਹੈ ਕੁਦਰਤੀ ਸੂਚਕ ਹੈ ਤੋਂ ਆਪਾਂ ਐਸਿਡ ਜਾਂ ਬੇਸ ਦਾ ਪਤਾ ਕਰਦੇ ਹਾਂ ਕਿਵੇਂ ਪਤਾ ਕਰਦੇ ਆ ਬਸ B ਤੋਂ ਯਾਦ ਰੱਖਣਾ ਹੈ B ਦਾ ਮਤਲਬ ਹੈ بیس بیس B ਤੋਂ ਹੀ ਪਤਾ ਚੱਲਦਾ ਹੈ ਬਲੂ ਕਿ ਇਹਨੇ ਕੀ ਹੁੰਦਾ ਹੈ بیس ਦੇ ਵਿੱਚ ਜਿਹੜਾ ਰੈੱਡ ਹੁੰਦਾ ਉਹ ਕਿਹਦੇ ਚੇਂਜ ਹੋ ਜਾਂਦਾ ਹੈ ਬਲੂ ਚ ਤੇ ਬਲੂ ਬਲੂ ਹੋ ਜਾਂਦਾ ਤੇ ਐਸਿਡ ਦੇ ਵਿੱਚ ਜਿਹੜਾ ਐਸਿਡ ਦੇ ਵਿੱਚ ਜਿਹੜਾ ਬਲੂ ਹੈ ਉਹ ਰੈੱਡ ਚ ਚੇਂਜ ਹੋ ਜਾਂਦਾ ਤੇ ਰੈੱਡ ਜਿਹੜਾ ਹੈ ਉਹ ਰੈੱਡ ਹੀ ਰਹਿੰਦਾ ਹੈ ਨਿਊਟਰਲ ਦੇ ਵਿੱਚ ਕੋਈ ਚੀਜ਼ ਨਹੀਂ ਹੁੰਦਾ ਇਸ ਤਰ੍ਹਾਂ ਦੇ ਸੋਲੂਸ਼ਨ ਨੂੰ ਆਪਾਂ ਨਿਊਟਰਲ ਸੋਲੂਸ਼ਨ ਕਹਿੰਦੇ ਆ ਤੇ ਕਿਤੋਂ ਪ੍ਰਾਪਤ ਹੁੰਦਾ ਹੈ ਲਾਈਕੇਨ ਤੋਂ ਜਿਹੜਾ ਹੈ ਕੀ ਪ੍ਰਾਪਤ ਹੁੰਦਾ ਹੈ ਲਾਈਕੇਨ ਤੋਂ ਲਿਟਮਸ ਪ੍ਰਾਪਤ ਹੁੰਦਾ ਹੈ ਤੇ ਕੁਦਰਤੀ ਸੂਚਕ ਹੈ ਬਸ ਬੇਟਾ ਇੰਨੀ ਕੀ ਚੀਜ਼ ਬਤਾ ਹੋਵੇ ਇਹਨਾਂ ਤੋਂ ਡਾ ਇੱਕ ਅੱਧਾ ਕੁਸ਼ਨ ਆ ਰਾਮ ਨਾਲ ਕੰਪੀਟੀਸ਼ਨ ਲੈਵਲ ਜਾ ਸਕਦਾ ਹੈ ਚਲੋ ਥੈਂਕ ਯੂ ਹੈਵ ਅ ਨਾਈਸ ਡੇ